ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਸਰਦਾਰ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਕਾਂਗਰਸ ਪਾਰਟੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਹਨਾਂ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਭੈਣ ਕੁਮਾਰੀ ਮਾਇਆਵਤੀ, ਰਾਸ਼ਟਰੀ ਪ੍ਰਧਾਨ ਅਤੇ ਸਤੀਸ਼ ਮਿਸ਼ਰਾ ਰਾਸ਼ਟਰੀ ਜਨਰਲ ਸਾਹਿਬ ਦੇ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਹੈ, ਜਿਸ ਦੇ ਚੱਲਦੇ ਅੱਜ ਪਾਰਟੀ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਅਕਾਲੀ ਬਸਪਾ ਗਠਜੋੜ ਜਿੰਦਾਬਾਦ, 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 ਅਕਾਲੀ ਬਸਪਾ ਗਠਬੰਧਨ ਜਿੰਦਾਬਾਦ, 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 ਅਕਾਲੀ ਬਸਪਾ ਗਠਬੰਧਨ ਗੁਰਬਖਸ਼ ਸਿੰਘ ਮਹਿਰ, ਲੋਕ ਸਭਾ ਜ਼ੋਨ ਇੰਚਾਰਜ ਅੰਮ੍ਰਿਤਸਰ ਤੋਂ ਬਹੁਜਨ ਸਮਾਜ ਪਾਰਟੀ। ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਸਾਡਾ ਬਹੁਜਨ ਸਮਾਜ ਪਾਰਟੀ ਲੋਕ ਸਭਾ ਅੰਮ੍ਰਿਤਸਰ ਵੱਲੋਂ ਸਾਡੇ ਸਰਦਾਰ ਮਨਜੀਤ ਸਿੰਘ ਜੀ ਅਟਵਾਲ ਅਤੇ ਸਰਦਾਰ ਆਪਣੇ ਸੁਖਵਿੰਦਰ ਸਿੰਘ ਜੀ ਸੱਜਲਵੱਡੀ ਸਾਹਿਬ, ਜਨਰਲ ਸੈਕਟਰੀ ਪੰਜਾਬ, ਨਾਲ ਸ਼੍ਰੀ ਤਰਸਿੰਘ ਭੋਲਾ ਜੀ ਅਤੇ ਹੋਰ ਸਾਡੇ ਪਾਰਟੀ ਦੇ ਵਰਕਰ, ਸੀਨੀਅਰ ਵਰਕਰ, ਅਤੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੇ ਰੋਹਿਤ ਖੋਖਰ ਜੀ, ਜਨਰਲ ਸੈਕਟਰੀ ਪੰਜਾਬ, ਉਹ ਵੀ ਹਾਜ਼ਰ ਨੇ। ਇਹਨਾਂ ਦੀ ਰਹਿਨੁਮਾਈ ਦੇ ਵਿੱਚ ਆਪਣੇ CP ਸਾਹਿਬ ਨੂੰ ਅਸੀਂ ਇੱਕ ਮੈਮੋਰੰਡਮ ਦੇਣ ਜਾ ਰਹੇ ਹਾਂ। ਇਸ ਮੈਮੋਰੰਡਮ ਦਾ ਆਧਾਰ ਇਹ ਹੈ ਵੀ ਲੁਧਿਆਣਾ ਤੋਂ MP ਕਾਂਗਰਸ ਦਾ MP ਰਵਨੀਤ ਬਿੱਟੂ, ਜਿਨ੍ਹਾਂ ਨੇ ਅਕਾਲੀ ਬਸਪਾ ਗਠਬੰਧਨ ਦੇ ਵਿੱਚ ਬਸਪਾ ਦੇ ਹਿੱਸੇ ਵਿੱਚ ਆਈ ਹੋਈ ਸ਼੍ਰੀ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੀ ਜਿਹੜੀ ਸੀਟ ਆ ਉਹਦੇ ਉੱਤੇ ਇਹਨਾਂ ਨੇ ਬਹੁਤ ਹੀ ਭੱਦਾ ਕਮੈਂਟ ਕੀਤਾ। ਉਹ ਕਮੈਂਟ ਇਹਨਾਂ ਨੇ ਕੀਤਾ ਵੀ ਇਹ ਜਿਹੜੀਆਂ ਪਵਿੱਤਰ ਸੀਟਾਂ ਨੇ ਇਹ ਬਹੁਜਨ ਸਮਾਜ ਪਾਰਟੀ ਨੂੰ ਅਕਾਲੀ ਦਲ ਨੇ ਦਿੱਤੀਆਂ, ਇਹ ਅਪਵਿੱਤਰ ਕਰ ਦਿੱਤੀਆਂ ਨੇ। ਕਹਿਣ ਤੋਂ ਭਾਵ ਹੈ ਵੀ ਇਹ ਜਿਹੜੀ ਮਾਨਸਿਕਤਾ ਰਵਨੀਤ ਬਿੱਟੂ ਦੀ ਇਹ ਇਹਦੀ ਇਕੱਲੇ ਦੀ ਆਪਣੀ ਨਹੀਂ, ਇਹਨਾਂ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਇਹੋ ਹੀ ਹੈ ਵੀ ਸ਼ਡਿਊਲ ਕਾਸਟਾਂ ਨੂੰ ਉਹ ਇਨਸਾਨ ਹੀ ਨਹੀਂ ਸਮਝਦੇ, ਉਹ ਪੁਰਾਣਾ ਜ਼ਮਾਨਾ ਅਛੂਤ ਹੀ ਸਮਝਦੇ ਹਨ। ਅੱਜ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ? ਸਾਡੇ ਵੱਲੋਂ ਜਿਹੜਾ ਹੈ ਪਾਰਟੀ ਦੇ ਪਲੇਟਫਾਰਮ ਤੋਂ CP ਸਾਹਿਬ ਨੂੰ ਮੈਮੋਰੰਡਮ ਦਿੱਤਾ ਜਾ ਰਿਹਾ ਵੀ ਇਸ ਜਿਹੜਾ ਰਵਨੀਤ ਬਿੱਟੂ ਦੇ ਖਿਲਾਫ਼ SC ST 1999 ਦੇ ਅਧੀਨ ਜਿਹੜੀ ਹੈ ਉਹ ਆਪਣੀ ਕਾਰਵਾਈ ਕਰਕੇ ਇਹਨੂੰ ਆਪਣਾ ਜਿਹੜਾ ਅਤੇ ਇਹਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਵੇ। ਜੇ ਕਾਰਵਾਈ ਨਹੀਂ ਹੁੰਦੀ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਸਾਰਿਆਂ ਨਾਲ ਸਹਿਮਤੀ ਦੇ ਨਾਲ ਪ੍ਰੋਗਰਾਮ ਹੋਇਆ ਵੀ ਸੈਚਰਡੇ ਤੱਕ ਜੇਕਰ ਕਾਰਵਾਈ ਨਾ ਹੋਈ ਤਾਂ ਮੰਡੇ ਜਿਹੜਾ ਆ ਆਪਣਾ ਪੂਰਾ ਸ਼੍ਰੋਮਣੀ ਅਕਾਲੀ ਦਲ ਅਤੇ ਸਾਰੇ ਵਰਕਰ ਸਾਥੀਆਂ ਨਾਲ ਲੈ ਕੇ ਬੱਸ ਸਟੈਂਡ ਨੂੰ ਘੇਰਿਆ ਜਾਏ। ਮੈਂ ਮਨਜੀਤ ਸਿੰਘ ਅਟਵਾਲ, ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੈਮੋਰੰਡਮ ਕਮਿਸ਼ਨਰ ਪੰਜਾਬ ਪੁਲਿਸ ਨੂੰ ਦਿੱਤਾ ਜਾ ਰਿਹਾ, ਕਿਉਂਕਿ ਪਿਛਲੇ ਦਿਨੀ ਜਦੋਂ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਹੋਇਆ ਅਤੇ ਕਾਂਗਰਸ ਦੇ MP ਰਵਨੀਤ ਸਿੰਘ ਬਿੱਟੂ ਜੋ ਲੁਧਿਆਣਾ ਤੋਂ MP ਹੈ ਉਹਨਾਂ ਦੀ ਜਾਤੀਵਾਦੀ ਮਾਨਸਿਕਤਾ, ਉਹਨਾਂ ਨੇ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀ ਕਿ ਇਹ ਜਿਹੜਾ ਗਠਬੰਧਨ ਹੈ ਇਹ ਅਪਵਿੱਤਰ ਹੈ, ਦਲਿਤਾਂ ਨੂੰ ਜਿਹੜੀਆਂ ਸੀਟਾਂ ਅਨੰਦਪੁਰ ਸਾਹਿਬ ਔਰ ਚਮਕੌਰ ਸਾਹਿਬ ਦੀ ਜੋ ਸੀਟ ਹੈ, ਜੋ ਪਵਿੱਤਰ ਸੀਟ ਹੈ, ਉਹ ਦਲਿਤਾਂ ਨੂੰ ਦੇ ਕੇ ਸੀਟ ਨੂੰ ਅਪਵਿੱਤਰ ਕਰ ਦਿੱਤਾ ਗਿਆ ਔਰ ਇਹ ਉਹਦਾ ਬਿਆਨ ਹੈ। ਨਾਲ ਹੀ ਉਸਨੇ ਬਿਆਨ ਦਿੱਤਾ ਕਿ ਜਿਹੜਾ ਇਹ ਗਠਬੰਧਨ ਹੋਇਆ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਉਹਨੇ ਦੋਸ਼ ਲਾਏ ਆ ਕਿ ਉਹਨਾਂ ਨੇ 300 ਕਰੋੜ ਰੁਪਈਆ ਲੈ ਕੇ ਇਹ ਜਿਹੜਾ ਗਠਬੰਧਨ ਕੀਤਾ ਹੈ ਇਹਦਾ ਅਸੀਂ ਸਖਤ ਨਿੰਦਾ ਕਰਦੇ ਹਾਂ, ਵਿਰੋਧ ਕਰਦੇ ਹਾਂ, ਜਿਹਦੀ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ
जिहड़ा मानहानी का केस भी जिहड़ा रवनीत बिट्टू नूं नोटिस भेजा उहदा जवाब मंगिया। उन्हां इह बयान कीता कि जे तुसीं एक दवानी भी साबित कर दो कि गठबंधन करन लई बहुजन समाज पार्टी ने अकाली दल तों लिया है तो असीं उह जिहड़ा वापस ले लांगे नोटिस। पर की करन जा रहे हां, अज असीं बहुजन समाज पार्टी वल्लों कमिश्नर अमृतसर नूं मंग पत्र दे रहे हां कि इस दी जिहड़ी मानसिकता है, जातिवादी मानसिकता, मनुवादी मानसिकता है, इन्हें दलितां दे उत्ते उंगल चुकी है, गरीबों के उत्ते उंगल चुकी है और ये उत्ते SC ST एट्रोसिटी के मुताबिक परचा दर्ज करके इनू जेलों के सुटिया जाए। नहीं तो बहुजन समाज पार्टी और श्रोमणी अकाली दल मिलकर अगे भी होर जिहड़ा है वो प्रोग्राम लिखेगी जिदे जिम्मेवारी पंजाब सरकार और शासन प्रशासन की होएगी। आवाजी कम टीवी अमृतसर तो पत्रकार ललित शर्मा की रिपोर्ट।